चैनल वाई, चैनल वाई, अ साउथ एशियन कैनेडियन चैनल। जलंधर पुलिस नूं उस समय वड्डी सफलता मिली जदों कमिश्नरेट पुलिस ने लॉरेंस बिश्नोई गैंग दे 8 गैंगस्टरां नूं हथियारां समेत गिरफ्तार कीता है। दस्या जा रहा है कि उक्त गैंगस्टर पंजाब विच वड्डी वारदात करन दी फिराक दे विच सन। गिरफ्तार किए गए गैंगस्टरां कोलों 3 पिस्तौलां, 10 कारतूस अते वाहन बरामद होए ने। उक्त गैंगस्टरां दे वलों जलंधर दे नामचीन कारोबारी नूं फरौती ਦੇ ਲਈ ਕਾਲ ਕੀਤੇ ਜਾ ਰਹੇ ਸਨ, ਜਿਸ ਤੋਂ ਪਹਿਲਾਂ ਪੁਲਿਸ ਨੇ ਟਰੈਪ ਲਗਾ ਕੇ ਇਹਨਾਂ ਦੇ ਉੱਤੇ ਕਾਰਵਾਈ ਕਰਦਿਆਂ 8 ਜਣਿਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਇਸ ਸੰਬੰਧੀ ਪੁਲਿਸ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਉਹਨਾਂ ਕਿਹਾ ਹੈ ਕਿ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਵੇਗੀ। ਇਹ ਜੀ ਕਰਮਾ ਫੈਸ਼ਨਜ਼ ਸ਼ੋਰੂਮ ਇੱਥੇ ਹੈ ਜੀ ਸਾਡੇ ਇੱਕ ਸ਼ਹਿਰ ਦੇ ਵਿੱਚ, ਜਿਨ੍ਹਾਂ ਨੂੰ ਕਿ ਇੱਕ ਲੈਟਰ ਮਿਲੀ ਸੀ ਜਿਹਦੇ ਵਿੱਚ ਉਹਨਾਂ ਨੂੰ ਥ੍ਰੈਟ ਮਿਲੀ ਸੀ ਔਰ ਰੈਨਸਮ ਵਾਸਤੇ ਲਿਖਿਆ ਹੋਇਆ ਸੀ। ਉਸ ਕੇਸ ਨੂੰ ਸਾਡੀ ਇਨਵੈਸਟੀਗੇਸ਼ਨ ਟੀਮ ਨੇ ਕ੍ਰੈਕ ਕੀਤਾ ਜੀ। ADCP ਇਨਵੈਸਟੀਗੇਸ਼ਨ ਸਾਹਿਬ ਦੀ ਰਹਿਨੁਮਾਈ ਹੇਠ ACP ਕ੍ਰਾਈਮ, ACP ਸੈਂਟਰਲ ਅਤੇ ACP ਇੰਸਪੈਕਟਰ ਸਪੈਸ਼ਲ ਸੈੱਲ ਜਿਹੜੇ ਸਾਡੇ ਹੈਗੇ ਇੰਦਰਜੀਤ, ਉਹਨਾਂ ਦੀ ਟੀਮ ਨੇ ਇਹ ਸਾਰੇ ਕੇਸ ਨੂੰ ਬ੍ਰੇਕ ਕਰਕੇ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਔਰ ਉਹਨਾਂ ਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਅਸਲਾ ਐਮੂਨੀਸ਼ਨ ਬਰਾਮਦ ਕੀਤਾ ਜਿਹਦੀ ਤੁਸੀਂ ਦੇਖ ਹੀ ਲਿਆ। ਇਹ ਟੋਬੀ ਘਾਟ ਤੋਂ ਗ੍ਰਿਫਤਾਰ ਕੀਤਾ ਜੀ। ਹਾਂਜੀ, 8 ਬੰਦੇ ਆ ਜੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ, ਇਨਵੈਸਟੀਗੇਸ਼ਨ ਚੱਲ ਰਹੀ ਹੈ। ਨਾਮ ਇਹਨਾਂ ਦੇ ਸਾਰਿਆਂ ਦੇ ਹੈਗੇ ਆ ਜੀ, ਤੁਹਾਨੂੰ ਪ੍ਰੈਸ ਨੋਟ ਮਿਲ ਜਾਏਗਾ। ਸੰਜੇ ਹੈ, ਇੱਕ ਦੀਪਕ ਹੈ, ਇੱਕ ਗਜਿੰਦਰ ਹੈ, ਰਾਧੇ ਹੈ, ਅਭਿਸ਼ੇਕ ਗਿੱਲ ਹੈ, ਪੱਪੂ ਹੈ, ਮਨੋਜ ਹੈ, ਦੀਪਕ ਹੈ। ਨਹੀਂ ਨਹੀਂ, ਇਹ ਉਹਨਾਂ ਦਾ ਨਾਮ ਲਿਖ ਕੇ ਇਹਨਾਂ ਨੇ ਫਿਰੌਤੀ ਮੰਗੀ ਜੀ, ਕੋਈ ਇਸ ਤਰ੍ਹਾਂ ਦਾ ਲਿੰਕ ਨਹੀਂ ਆਇਆ ਇਹਨਾਂ ਦਾ। ਉਹ ਇਨਵੈਸਟੀਗੇਸ਼ਨ ਮਾਸਟਰ ਮਾਈਂਡ ਇਹਨਾਂ ਦੇ ਵਿੱਚ ਜਿਹੜਾ ਇਹਨਾਂ ਦਾ ਮੇਨ ਬੰਦੇ ਸੀ ਜਿਨ੍ਹਾਂ ਨੇ ਡਿਲੀਵਰ ਕੀਤਾ ਸੀ, ਉਹ ਤਾਂ ਮਨੋਜ ਐਂਡ ਰਾਧੇ ਸੀਗੇ ਜੀ। ਰਾਧੇ ਜਿਹੜੇ ਦੋ ਬੰਦੇ ਵੈਪਨ ਤਾਂ ਇਹਨਾਂ ਨੇ ਬਾਹਰੋਂ ਮੰਗਾਏ ਆ ਜੀ। ਬਾਹਰੋਂ ਮੀਨਸ ਦੋ ਤਾਂ ਪਾਕਿਸਤਾਨੀ ਨੇ, ਇੱਕ ਉਹ ਬਟ ਇਹਨਾਂ ਨੇ ਲਏ ਤਾਂ ਇੱਥੋਂ ਗੰਗਾਨਗਰ ਸਾਈਡ ਤੋਂ ਨੇ, ਠੀਕ ਹੈ ਜੀ। ਔਰ ਕਿਸੇ ਜਿਹੜੇ ਬੰਦਿਆਂ ਤੋਂ ਲਏ ਨੇ ਉਹ ਹੁਣ ਇਨਵੈਸਟੀਗੇਸ਼ਨ ਦਾ ਹਿੱਸਾ ਵੀ ਕਿੱਥੋਂ ਲਏ ਕਿਵੇਂ ਲਏ ਉਹ ਅਸੀਂ ਟਰੈਕ ਕਰਾਂਗੇ। ਨਹੀਂ, ਇਹਨਾਂ ਦੀ ਬੈਕਗਰਾਊਂਡ ਕੋਈ ਐਜ ਸੱਚ ਕ੍ਰਿਮੀਨਲ ਨਹੀਂ ਹੈਗੀ। ਫਸਟ ਟਾਈਮ ਮੰਗੀ ਹੈ, ਇਹਨਾਂ ਦਾ ਗੈਂਗ ਲਗਭਗ ਬਣ ਗਿਆ ਸੀ ਆਪਸ 'ਚ ਔਰ ਇਹੋ ਜਿਹੇ ਵਾਰਦਾਤਾਂ ਹੋਰ ਬਹੁਤ ਹੋਣੀਆਂ ਸੀ ਜੇ ਇਹ ਕੇਸ ਕ੍ਰੈਕ ਨਾ ਹੁੰਦਾ। ਜੇ ਹੁਣ ਤਫਤੀਸ਼ 'ਚ ਦੇਖਾਂਗੇ ਜੀ, ਪਰ ਹਾਲੇ ਤੱਕ ਕੋਈ ਲਿੰਕ ਇਸ ਤਰ੍ਹਾਂ। ਚੈਨਲ ਵਾਈ, ਚੈਨਲ ਵਾਈ, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।